ਜਾ ਹਿੰਦਸਤੋ ਮੈਂ ਹਮੁਕਤਾ ਤੇ ਤੁਸੀਂ ਦੇਖ ਰਹੇ ਹੋ ਨਾ ਸਟੈਲਰ ਨਿਊਜ਼ ਵੈਬ ਟੀਵੀ ਇਸ ਵੇਲੇ ਅਸੀਂ ਖੜੇ ਹਾਂ ਹੁਸ਼ਿਆਰਪੁਰ ਦੇ ਵਾਰਡ ਨੰਬਰ 13 ਦੇ ਫਤੇਗੜ ਮੱਲੇ ਦੇ ਵਿੱਚ ਮੱਲੇ ਦੇ ਲੋਕਾਂ ਦੀ ਸਮੱਸਿਆ ਹੈ ਕਿ ਜਿਹੜੀ ਇਸ ਵਾਰਡ ਦੀ ਸੜਕ ਹੈ ਉਹਦੀ ਹਾਲਤ ਬਹੁਤ ਜਰਜਰ ਹੈ ਜਿਸ ਦੇ ਕਰਕੇ ਆਏ ਦਿਨ ਲੋਕੀ ਇੱਥੇ ਹਾਦਸਿਆਂ ਦਾ ਸ਼ਿਕਾਰ ਹੁੰਦੇ ਨੇ ਰੋਜ਼ ਇੱਥੇ ਰੋਜ਼ਾਨਾ ਐਕਸੀਡੈਂਟਸ ਹੁੰਦੇ ਨੇ ਤੇ ਹਾਲ ਹੀ ਵਿੱਚ ਇੱਕ ਪਰਸੋ ਚੌਥ ਐਕਸੀਡੈਂਟ ਹੋਇਆ ਹੈ ਇਸ ਵਾਰਡ ਦੇ ਹੀ ਪੁਰਵ ਪਾਰਸ਼ਦ ਮੀਨੂ ਸੇਠੀ ਜੀ ਦਾ ਉਹ ਵੀ ਇਸ ਸੜਕਾਹ ਦੇ ਵਿੱਚ ਚੋਟਿਲ ਹੋ ਗਏ ਨੇ ਤੇ ਅਸੀਂ ਇੱਥੇ ਅੱਜ ਇਸੇ ਗੱਲ ਕਰਕੇ ਆਏ ਹਾਂ ਕਿ ਅਸੀਂ ਇੱਥੇ ਦੇ ਵਾਰਡ ਵਾਸੀਆਂ ਦੇ ਨਾਲ ਗੱਲ ਕਰ ਸਕੀਏ ਕਿ ਕਿੰਨੇ ਸਮੇਂ ਤੋਂ ਇਹ ਸਮੱਸਿਆ ਜਿਹੜੀ ਸੜਕ ਦੀ ਇਹ ਚੱਲ ਰਹੀ ਹੈ ਤੇ ਇਹਦੇ ਹੱਲ ਵਾਸਤੇ ਕੀ ਮੰਗ ਕੀਤੀ ਗਈ ਹੈ ਤੇ ਇਸ ਦਾ ਕੰਮ ਜਿਹੜਾ ਹੈ ਕਿਉਂ ਰੁਕਿਆ ਹੋਇਆ ਹੈ ਅਸੀਂ ਮਹੱਲਾ ਵਾਸੀਆਂ ਦੇ ਨਾਲ ਵੀ ਗੱਲ ਕਰਾਂਗੇ ਤੇ ਅਸੀਂ ਜਿਹੜੇ ਇਸ ਵਾਰਡ ਦੇ ਪੂਰੇ 파ਰਸ਼ਦ ਨੇ ਮੀਨੂ ਸੇਠੀ ਜੀ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਕਿ ਜਿਹੜਾ ਇਸ ਸੜਕ ਦਾ ਕੰਮ ਹੈ ਇਹ ਕਿਉਂ ਨਹੀਂ ਹੋ ਰਿਹਾ ਹੈ ਆਏ ਦਿਨ ਬੰਦ ਦੀ ਹਾਦਸਿਆਂ ਦਾ ਕਾਰਨ ਇਹ ਸੜਕ ਕਿਉਂ ਨਹੀਂ ਮੱਲੇ ਵਾਲਿਆਂ ਨੂੰ ਰਾਹਤ ਦੇ ਰਹੀ ਹਾਲੇ ਤੱਕ ਕਿਉਂ ਮੱਲੇ ਨੂੰ ਸਮਰਪਿਤ ਨਹੀਂ ਕੀਤੀ ਗਈ ਹੈ ਤੇ ਅਸੀਂ ਹੁਣ ਗੱਲ ਕਰਦੇ ਆਂ ਮਲਾਵਾਸੀਆਂ ਦੇ ਨਾਲ ਤੇ ਪਾਰਸ਼ਦ ਮੈਨੂੰ ਸੇਠੀ ਜੀ ਦੇ ਨਾਲ ਕੀ ਨਾਮ ਹੈ ਜੀ ਆਪਣਾ ਮੇਰਾ ਪ੍ਰਿੰਸ ਸੜਕ ਦੀ ਇਹ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਜਿਹੜੀ ਹੈ ਕਿੰਨੇ ਟਾਈਮ ਤੋਂ ਇਦਾਂ ਹੀ ਹੈ ਇਹ ਕਾਫੀ ਟਾਈਮ ਤੋਂ ਇਦਾਂ ਹੀ ਹੈ ਜੀ ਅਜੇ ਤੱਕ ਇਹ ਬਣੀ ਦੇਖੀ ਨਹੀਂ ਇਹ ਜੀ ਸਾਡੇ ਐਮਸੀ ਸਾਹਿਬ ਕਹਿੰਦੇ ਆ ਜੀ ਇਹ ਪਤਾ ਨਹੀਂ ਪਾਸ ਵੀ ਹੋਈ ਹੋਵੇ ਸ਼ਾਇਦ ਬਣਾਉਂਦੇ ਹੈ ਨਹੀਂ ਜਿਹੜੇ ਖੱਡੇ ਇੰਨੇ ਆ ਵਿੱਚ ਬੱਜੇ ਨੂੰ ਫਿਰਦੇ ਜਿਹੜਾ ਵੀ ਸਰਕਾਰਾਂ ਨੂੰ ਪਤਾ ਹੈ ਜੀ ਕਿਉਂ ਨਹੀਂ ਬਣਾ ਰਹੇ ਬਣਾਉਣੀ ਚਾਹੀਦੀ ਹੈ ਜੀ ਜੇ ਸਭ ਕੁਝ ਪਾਸ ਹੋ ਰਿਹਾ ਮਤਲਬ ਟੈਕਸ ਦੇ ਰਹੇ ਸਭ ਕੁਝ ਦੇ ਰਹੇ ਆ ਕਿੰਨੇ ਕੁ ਡੇਂਜਰ ਦੇਖੋ ਹੀ ਨੁਕਸਾਨ ਹੋ ਸਕਦਾ ਹੈ ਬੱਟੇ ਹੁਣ ਟਾਇਰ ਚ ਫਾਦੇ ਸਿੱਧੇ ਵੱਜਦੇ ਬ ਕੋਈ ਗੇਟ ਤੇ ਵੱਜਦੇ ਕਿਸੇ ਬੱਚੇ ਦੇ ਵੱਜ ਸਕਦੇ ਆ ਜਾਂ ਕਿਸੇ ਬੰਦੇ ਦੇ ਵੱਜ ਸਕਦੇ ਆ ਨੁਕਸਾਨ ਹੋ ਸਕਦਾ ਹੈ ਅਦਰੇਸ਼ ਕੁਮਾਰ ਕਿੰਨੇ ਟਾਈਮ ਤੋਂ ਇੱਥੇ ਰਹਿ ਰਹੇ ਹੋ ਮੈਂ 6-7 ਸਾਲ ਤੋਂ ਰਹਿ ਰਹੇ ਹਾਂ ਕਦੋਂ ਤੋਂ ਇਹ ਸਮੱਸਿਆ ਦੇਖ ਰਹੇ ਹੋ ਤੁਸੀਂ ਸੜਕਾਂ ਦੀ ਇੰਨੀ ਜਰਜਰ ਹਾਲਤ ਇਹ 3-4 3-4 ਸਾਲ ਹੋ ਗਏ ਤੇ ਕਿੰਨੇ ਕਿ ਡੇਂਜਰਸ ਹੈ ਸੜਕਾਂ ਨਾਲ ਲਾਗੜ ਦੇ ਕੋਲ ਕਿਈ ਵੱਡਗੇ ਬੰਦੇ ਇੱਥੇ ਬੰਦੇ ਸਲਿੱਪ ਮਾਰ ਜਾਂਦਾ ਕੋਈ ਤੇਜ਼ ਹੁੰਦਾ ਜਾਂ ਮੋੜੇ ਕੋ ਗੱਡੀ ਆ ਗਈ ਬ੍ਰੇਕ ਮਾਰੀ ਨਾਲ ਹੀ ਟਾਇਰ ਘੁੰਮ ਜਾਂਦਾ ਇਹਦੇ ਹੱਲ ਵਾਸਤੇ ਕਦੀ ਮੰਗ ਕੀਤੀ ਉਥੇ 2-3 ਵਾਰੀ ਫਰੇਗੜ ਚੁੰਗੀ ਤੇ ਜਾਮ ਵੀ ਲਾਇਆ ਸੀ ਮੁਝਾਰਾ ਵੀ ਕੀਤਾ ਆਸ਼ਵਾਸਨ ਦੇ ਕੇ ਚਲ ਰਹਿੰਦੇ ਆ ਮੁੜ ਕੇ ਕਹਿੰਦੇ 15 ਦਿਨ ਬਾਅਦ 1 ਮਹੀਨੇ ਬਾਅਦ ਕੰਮ ਚਾਲੂ ਹੋ ਜਾਊਗਾ ਕੀ ਕਾਰਨ ਸਮਝਦੇ ਹੋ ਜਿਹੜਾ ਕੰਮ ਐ اٹਕਿਆ ਪਿਆ ਹੈ ਪਤਾ ਨਹੀਂ ਇਹਨਾਂ ਦੇ ਆਪਸ ਵਿੱਚ ਪਾਰਟੀਵਾਦੀ ਹੈਗੀ ਆ ਅੰਦਰ ਸਿੰਘ ਜੀ ਕਦੇ ਤੋਂ ਇਹ ਸਮੱਸਿਆ ਦੇਖ ਰਹੇ ਹੋ ਤੁਸੀਂ ਸਰਕਾਰ ਦੀ ਇਹ ਤਾਂ ਕਾਫੀ ਦੇਰ ਤੋਂ ਜੀ ਸਮੱਸਿਆ ਹੈਗੀ ਆ ਜਦੋਂ ਵੀ ਕੋਈ ਮਤਲਬ ਕਿ ਪਾਣੀ ਪੈਂਦਾ ਮੀਂਹ ਡਂਦਾ ਮਤਲਬ ਕਿ ਸਾਡੇ ਐਨਾ ਪਾਣੀ ਚੜ ਜਾਂਦਾ ਕਿ ਖੜਿਆਂ ਚ ਪਤਾ ਨਹੀਂ ਲੱਗਦਾ ਪੇ ਸਕੂਟਰ ਮੋਟਰਸਾਈਕਲ ਲੱਗਦੇ ਆ ਐਕਸੀਡੈਂਟ ਹੋ ਜਾਂਦੇ ਆ ਸੱਟਾ ਚੋਟਾ ਬੰਦਿਆਂ ਦੇ ਲੱਗ ਜਾਂਦੀਆਂ ਮੈਂ ਤਾਂ ਇਹ ਰਿਕਵੈਸਟ ਕਰਦਾ ਪੇ ਅਫਸਰ ਕੋਈ ਵੀ ਹੋਵੇ ਕਿਸੇ ਵੀ ਪਾਰਟੀ ਦਾ ਹੋਵੇ ਜਾਂ ਕਿਸੇ ਵੀ ਬਿਲੋਂਗ ਰੱਖਦਾ ਹੋਵੇ ਲੇਕਿਨ ਲੇਕਿਨ ਸਾਰਕ ਜਿਹੜੀ ਸਮੱਸਿਆ ਹੈ ਇਹ ਸਮਾਜਿਕ ਸੁਧਾਰ ਦੇ ਨਾਲ ਜੁੜੀ ਹੋਈ ਆ ਇਹਦੇ ਵਿੱਚ ਪਾਰਟੀਵਾਦੀ ਜਿਹੜੀ ਆ ਉਹ ਨਹੀਂ ਆਉਣੀ ਚਾਹੀਦੀ ਕੀ ਕਾਰਨ ਸਮਝਦੇ ਹੋ ਕਿ ਤੁਹਾਡੇ ਜਿਹੜੇ ਵਾਰਡ ਦੇ ਐਮਸੀ ਸਾਹਿਬ ਨੇ ਉਹਨਾਂ ਵੱਲੋਂ ਇਹ ਕੰਮ ਨਹੀਂ ਕਰਵਾਇਆ ਜਾ ਰਿਹਾ ਇਹ ਕੀ ਕਾਰਨ ਨਹੀਂ ਦੇਖੋ ਜੀ ਇਹਦੇ ਵਿੱਚ ਨਗਰ ਨਿਗਮ ਦਾ ਕੰਮ ਹੁੰਦਾ ਮਤਲਬ ਐਮਸੀ ਨੂੰ ਜਿਹੜਾ ਗ੍ਰਾਂਟ ਮਿਲਣੀ ਆ ਉਦੋਂ ਕੰਮ ਹੋਣਾ ਕਿਸੇ ਨੇ ਆਪਣੀ ਜੇਬ ਚੋਂ ਨਹੀਂ ਕੰਮ ਕਰਨਾ ਹੈਗਾ ਕੰਮ ਤਾਂ ਉਦੋਂ ਹੋਣਾ ਜਦੋਂ ਮਤਲਬ ਸਾਨੂੰ ਗ੍ਰਾਂਟ ਮਿਲਣੀ ਹੈਗੀ ਆ ਗ੍ਰਾਂਟ ਕਮਿਸ਼ਨਰ ਦਿੰਦਾ ਹੈਗਾ ਜਾਂ ਇੱਥੇ ਦੇ ਨੇਤਾ ਦਿੰਦੇ ਆ ਜਾਂ ਪੀਡਬਲੂ ਪੀਡਬਲੂ ਅ ਡੀ ਦਾ ਦੰਦਾ ਨਹੀਂ ਹੈਗਾ ਨਗਰ ਨਿਗਮ ਦੇ ਅੰਡਰ ਅਸੀਂ ਆਉਂਦੇ ਆ ਉਹ ਨਹੀਂ ਇਹ ਗਰੰਟਾ ਜਿਹੜੀਆਂ ਸਾਰੀਆਂ ਅਲਾਉਡ ਕਰਨੀਆਂ ਹੈਗੀਆਂ ਅਸੀਂ ਤਾਂ ਇਹ ਚਾਹੁੰਦੇ ਆ ਕਿ ਇੱਕ ਨਹੀਂ ਪੂਰੇ ਮੁਹੱਲੇ ਦਾ ਮਤਲਬ ਕੀ ਇਹ ਸੁਧਾਰ ਹੋਵੇ ਫਰੇਡਗਾਰਡ ਦੀ ਉਹ ਲੈ ਕੇ ਨਾ ਸ਼ੁਰੂ ਤੋਂ ਔਰ ਲਾਸਟ ਤੱਕ ਬਸੰਤ ਨਗਰ ਤੱਕ ਮਤਲਬ ਸੜਕ ਦਾ ਹਾਲ ਦੇਖਿਆ ਜਾਵੇ ਤਾਂ ਐਨੇ ਕੱਡੇ ਪਿਓ ਆ ਕਿ ਮਤਲਬ ਪੁੱਛੋ ਨਾ ਕਿਸੇ ਨਾ ਕਿਸੇ ਐਕਸੀਡੈਂਟ ਦਾ ਰੋਜ਼ ਕਾਰਨ ਬਣਦਾ ਆ ਦੇਖੋ ਤੁਸੀਂ ਗੱਡੇ ਤੁਸੀਂ ਫੋਟੋ ਦੇਖੋ ਲੈ ਕੇ ਉਹ ਉੱਥੇ ਦੇਖੋ ਫੋਟੋ ਮੋਰੇ ਇਦਾਂ ਮਤਲਬ ਬਹੁਤ ਜ਼ਿਆਦਾ ਗੱਡੇ ਆ ਅੱਗੇ ਵੀ ਦੇਖੋ ਕਿੰਨੇ ਮਤਲਬ ਕੀ ਹੈਗੇ ਆ ਅਸੀਂ ਤਾਂ ਇਹ ਚਾਹੁੰਦੇ ਆ ਕਿ ਘੱਟੋ ਘੱਟ ਮਤਲਬ ਕੀ ਮਹੱਲੇ ਵਾਸੀਆਂ ਦਾ ਤਾਂ ਇਹ ਸੋਚਿਆ ਜਾਵੇ ਮਹੱਲੇ ਵਾਸੀਆਂ ਦਾ ਵੀ ਕਮ ਸੇ ਕਮ ਰੋਡ ਤਾਂ ਬਣਿਆ ਹੋਵੇ ਨਾ ਵਧੀਆ ਕੀ ਨਾਮ ਮੇਰਾ ਨਾਮ ਸੁਲਵਿੰਦਰ ਸਿੰਘ ਸਾਡੀ ਦੁਕਾਨ ਹੈ ਜੀ ਮੈਮ ਸਿਆਣੀ ਇਲੈਕਟ੍ਰੀਕਲ ਦੇ ਨਾਮ ਤੇ ਮੇਰੀ ਦੁਕਾਨ ਹੈ ਜੀ ਸਰ ਤੁਸੀਂ ਇੱਥੇ ਦੁਕਾਨ ਕਰਦੇ ਹੋ ਤਾਂ ਤੁਹਾਡੇ ਇੱਕਦਮ ਦੁਕਾਨ ਦੇ ਬਾਹਰ ਹੀ ਏਡੇ ਵੱਡੇ ਵੱਡੇ ਖੱਡੇ ਪਏ ਹੋਏ ਆ ਤਾਂ ਕਿੰਨੇ ਕ ਤੁਸੀਂ ਇੱਥੇ ਹਾਦਸੇ ਇਸ ਵੇਲੇ ਤੱਕ ਦੇ ਮੈਡਮ ਡੇਲੀ ਇੱਕ ਨਾ ਇੱਕ ਹਾਸਾ ਹੁੰਦਾ ਸਾਡੀ ਗਲੀ ਵਿੱਚ ਡੇਲੀ ਕਦੀ ਕੋਈ ਬਜ਼ੁਰਗ ਡਿੱਗ ਪੈਂਦਾ ਜ਼ਿਆਦਾਤਰ ਬਜ਼ੁਰਗੇ ਹੀ ਡਿੱਗਦੇ ਆ ਔਰ ਅੱਜ ਦੇ ਯੁੱਗ ਵਿੱਚ ਬਜ਼ੁਰਗ ਦੇ ਸੱਟ ਲੱਗੀ ਉਹ ਠੀਕ ਨਹੀਂ ਹੁੰਦੀ ਦੁਬਾਰਾ ਠੀਕ ਆ ਜੰਗਮੈਨ ਡਿੱਗੇ ਦਾ ਕੁਝ ਹੋਰ ਗੱਲ ਆ ਬਜ਼ੁਰਗਾਂ ਦੀ ਸੱਟਾਂ ਲੱਗਦੀਆਂ ਸਾਡੇ ਕਾਉਂਸਲਰ ਸਾਹਿਬ ਵੀ ਇੱਥੇ ਡਿੱਗ ਪਏ ਹੋਰ ਤਾਂ ਬਹੁਤ ਦੂਰ ਦੀ ਸਾਡੇ ਪੀਰਵਾ ਬਾਈ ਦੇ ਇਥੇ ਮੇਲਾ ਹੁੰਦਾ ਅਸੀਂ ਮੈਡਮ ਕੋਲ ਗਏ ਆ ਬੇਨਤੀ ਕੀਤੀ ਮੈਡਮ ਕਹਿੰਦੇ ਗ੍ਰਾਂਟ ਪਾਸ ਹੋ ਚੁੱਕੀ ਆ ਮੀਨਿੰਗ ਗ੍ਰਾਂਟ ਪਾਸ ਹੋਦੋਂ ਸਾਨੂੰ ਕਾਰਨ ਨਹੀਂ ਸਮਝਾਇਆ ਸਾਡਾ ਰੋਡ ਕਿਉਂ ਨਹੀਂ ਬੰਦਾ ਪਿਆ ਇਹਦੇ ਨਾਲ ਮੈਡਮ ਨਾਲ ਜਾ ਕੇ ਸਾਡੇ ਮੁਹੱਲੇ ਵਾਲਿਆਂ ਰੋਸ਼ ਵੀ ਪ੍ਰਦਰਸ਼ਨ ਕੀਤਾ ਸਭ ਕੁਝ ਕੀਤਾ ਲੇਕਿਨ ਉਹਦੇ باوجود ਵੀ ਸਾਡੀ ਸੁਣਵਾਈ ਨਹੀਂ ਹੋਈ ਸਾਡੇ ਐਮਸੀ ਮੈਮ ਬਹੁਤ ਜ਼ਿਆਦਾ ਕੋਸ਼ਿਸ਼ ਕਰ ਰਹੇ ਆ ਮੁਜ਼ਾਰਾ ਵੀ ਕੀਤਾ ਸਭ ਕੁਝ ਕੀਤਾ ਲੇਕਿਨ ਸੁਣਵਾਈ ਨਹੀਂ ਹੋ ਰਹੀ ਮੈਡਮ ਮੇਰਾ ਨਾਮ ਰਮਨ ਇੱਥੇ ਰਹਿਣ ਵਾਲੇ ਹਾਂਜੀ ਇਸ ਸੜਕ ਦੀ ਸਮੱਸਿਆ ਕਦੋਂ ਤੋਂ ਹੈ ਤੁਸੀਂ ਕਦੋਂ ਤੋਂ ਇੱਥੇ ਰਹਿ ਰਹੇ ਹੋ ਮੈਂ ਤੇ ਮੇਰਾ ਬਚਪਨ ਇਸ ਫਤੇਗੜ ਚ ਹੀ ਗੁਜ਼ਰਿਆ ਔਰ ਸਾਡੀ ਸੜਕ ਦੀ ਹਾਲਤ ਇੱਥੋਂ ਤੋਂ ਲੈ ਕੇ ਅੱਗੇ ਤੱਕ ਵੀ ਚਲੇ ਜਾਓ ਤੇ ਖੱਡੇ ਖੱਡੇ ਨੇ ਜੋ ਸਾਡੇ ਐਮਸੀ ਨੇ ਉਹ ਪਰਸੋ ਇੱਥੇ ਡਿੱਗੇ ਥੋੜੇ ਗਾਇਲ ਹੋਏ ਜੋ ਕਿ ਛਟ ਚੋਟਾ ਆਇਆ ਨੇ ਔਰ ਜੂਨ ਮਹੀਨਾ 2019 ਚ ਇਹ ਸੜਕ ਪਾਸ ਆਈ ਔਰ ਪਾਸ ਹੋਣ ਦਾ ਮਤਲਬ ਹੈ ਕਿ ਅੱਜ 1 ਸਾਲ ਹੋ ਗਿਆ ਹੈ ਸੜਕ ਕੇ ਪਾਸ ਹੋਇਨ ਔਰ ਬਣੀ ਨਹੀਂ ਕੀ ਕਾਰਨ ਸਮਝਦੇ ਤੁਸੀਂ ਕਿਉਂ ਨਹੀਂ ਸੜਕ ਦਾ ਕੰਮ ਸ਼ੁਰੂ ਹੋ ਰਿਹਾ ਦੇਖੋ ਸੜਕ ਦਾ ਕੰਮ ਜਿਵੇਂ ਆਮ ਅਸੀਂ ਐਸੋ ਅੱਗੇ ਲੈ ਲਿਆ ਜਾਂ ਇੱਧਰ ਦੇਖ ਲਿਆ ਉਧਰ ਦੇ ਸਭ ਸੜਕਾ ਬਣਿਆ ਨੇ ਇੱਕ ਸਾਡੀ ਐਸੀ ਸੜਕ ਹੈ ਜੋ ਪਾਸ ਹੋਏ ਤੇ ਵੀ ਨਹੀਂ ਬਣ ਰਹੀ ਮੇਰੀ ਸਮਝ ਤੇ ਇਹੀ ਮੈਂ ਬੋਲ ਸਕਦੀਆਂ ਕਿ ਜੋ ਅਸੀਂ ਕੰਮ ਕਰਨਾ وہی ਅਸੀਂ ਸੇਵਾ ਲਈ ਕਰਨਾ ਅਹੀਂ ਪਾਰਟੀ ਵਾਜੀ ਵਾਸਤੇ ਨਹੀਂ ਕਰਨਾ ਕਿ ਅਹੀਂ ਕਹੀਏ ਕਿ ਸਾਡੀ ਪਾਰਟੀ ਨੇ ਇਹ ਕੰਮ ਕੀਤਾ ਤੇ ਸਾਨੂੰ ਇਹ ਸਭ ਕੁਝ ਮਿਲੇ ਸ਼੍ਰੇ ਮਿਲੇ ਨਾ ਜੇ ਕੋਈ ਵੀ ਮਤਲਬ ਸੇਵਾ ਕਰਨੀ ਹੈ ਤਾਂ ਉਸ ਨੂੰ ਇਹ ਨਹੀਂ ਕਹਿਣਾ ਕਿ ਅਹੀਂ ਕੀਤਾ ਅੱਜ ਸਾਡੀ ਐਮਸੀਡੀ ਨੇ ਕੱਲ ਨੂੰ ਕੋਈ ਬਜ਼ੁਰਗ ਨੂੰ ਵੀ ਸੱਟ ਚੋੜ ਲੱਗ ਸਦੀਏ ਕੋਈ ਨੁਕਸਾਨ ਹੋ ਸਕਦਾ ਇਹਦੀ ਬਰਵਾਈ ਕੌਣ ਕਰੇਗਾ ਠੀਕ ਹੈ ਜੀ ਜਾਣ ਲੱਗੇ ਮੈਂ ਵੀ ਹੁਣ ਦੋ ਵਾਰੀ ਡਿਗਣ ਤੋਂ ਡਿਗੇ ਇਹ ਜਾ ਰਹੇ ਸੀਗੇ ਤੇ ਇਹ ਵੀ ਦੋ ਵਾਰੀ ਉੱਥੇ ਖੱਡੇ ਛੱਡੀਏ ਨੇ ਅਹੀਂ ਕਿਹਨੂੰ ਦੱਸਣਾ ਹੈ ਕਿ ਕੀ ਸਾਕਤ ਆਵੇ ਮੈਂ ਰੋਜ਼ ਡਿਊਟੀ ਜਾਂ ਨਹੀਂ ਰੋਜ਼ ਡਿਗਣ ਤੋਂ ਰੋਜ਼ ਤਿੰਨ ਵਾਰੀ ਤਾਂ ਮੈਂ ਖੁਦ ਡਿਗੇ ਹਾਂ ਤੇ ਬਾਹਰ ਸ ਲੱਗੀ ਜੀ ਬਿਨੋਦ ਵਾਲਾ ਮੰਗ ਕੀਤੀ ਹੈ ਕਦੀ ਇਹਦੇ ਹਲਵਾਸ ਹਾਂਜੀ ਕੀਤੀ ਹੈ ਕਈ ਵਾਰੀ ਅਸੀਂ ਸਭ ਚ ਜਾਣਦੇ ਨੇ ਲੇਕਿਨ ਇਸ ਸੜਕ ਨੂੰ ਬਣਾ ਚ ਕੋਈ ਐਕਸ਼ਨ ਨਹੀਂ ਲਿਆ ਗਿਆ ਪਾਸ ਹੋਣ ਦੇ ਬਾਵਜੂਦ ਵੀ ਨਹੀਂ ਬਣ ਰਹੀ ਹੈ ਅਸੀਂ ਚਾਹੁੰਦੇ ਹਾਂ ਕਿ ਇਹ ਸੜਕ ਅਗਰ ਪਾਸ ਹੋਈ ਹੈ ਤੇ ਬਣੇ ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਵਾਰਡ ਨੰਬਰ 13 ਦੇ ਪੂਰਵ ਪਾਰਸ਼ਦ ਮੀਨੂ ਸੇਠੀ ਜੀ ਦੇ ਨਾਲ ਤੇ ਇਹਨਾਂ ਵੱਲੋਂ ਬਹੁਤ ਸਮੇਂ ਤੋਂ ਇਹ ਮੰਨ ਲਾ ਫਤਿਹਗੜ ਦੀ ਜਿਹੜੀ ਸੜਕਾਂ ਦੀ ਹਾਲਤ ਬਹੁਤ ਜ਼ਿਆਦਾ ਜਰਜਰ ਹੈ ਬਹੁਤ ਖਰਾਬ ਹੈ ਉਹਦੇ ਲਈ ਪ੍ਰਸ਼ਾਸਨ ਤੋਂ ਬਹੁਤ ਪਹਿਲੇ ਤੋਂ ਮੰਗ ਕੀਤੀ ਜਾ ਰਹੀ ਹੈ ਇਹਨਾਂ ਵੱਲੋਂ ਧਰਨਾ ਪ੍ਰਦਰਸ਼ਨ ਵੀ ਕੀਤੇ ਗਏ ਨੇ ਕਾਫੀ ਤੇ ਵਾਰਡ ਵਾਸੀਆਂ ਵੱਲੋਂ ਤੇ ਪੁਰਪਾਰਸ਼ਦ ਮੀਨੂ ਸੇਠੀ ਜੀ ਵੱਲੋਂ ਬਹੁਤ ਜ਼ਿਆਦਾ ਸੰਘਰਸ਼ ਕੀਤਾ ਗਿਆ ਹੈ ਇਸ ਸੜਕ ਨੂੰ ਬਣਵਾਉਣ ਵਾਸਤੇ ਪਰ ਜਿਹੜੀ ਇਹ ਸੜਕ ਹੈ ਹਜੇ ਤੱਕ ਵੀ ਨਹੀਂ ਬਣ ਪਾਰੀ ਹੈ ਇਹਦਾ ਕੀ ਕਾਰਨ ਹੈ ਤੇ ਆਏ ਦਿਨ ਇਹ ਸੜਕ ਦੇ ਉੱਤੇ ਹਾਦਸਿਆਂ ਦਾ ਲੋਕਾਂ ਨੂੰ ਸ਼ਿਕਾਰ ਹੋਣਾ ਪੈਂਦਾ ਹੈ ਤੇ ਜਿਹੜੇ ਇਸ ਵਾਰਡ ਦੇ ਪੁਰਪਾਰਸ਼ਦ ਨੇ ਮੀਨੂ ਸੇਠੀ ਜੀ ਉਹ ਵੀ ਹੱਲੀ ਗੱਤ ਦਿਨ ਹੀ ਇਸ ਸੜਕ ਦੇ ਹਾਦਸੇ ਦੇ ਵਿੱਚ ਚੋਟਿਲ ਹੋਏ ਨੇ ਤੇ ਉਹਨਾਂ ਦੇ ਨਾਲ ਅਸੀਂ ਪਹਿਲੇ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਨਾਲ ਇਹ ਹਾਦਸਾ ਹੋਇਆ ਹੈ। ਨਮਸਕਾਰ ਜੀ ਪਹਿਲਾ ਤਾਂ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਤੁਸੀਂ ਇਸ ਸੜਕ ਤੇ ਮੁੱਦੇ ਨੂੰ ਚੁੱਕਿਆ ਹੈ ਅ ਇਸ ਵਾਰਡ ਨੰਬਰ 13 ਦੀ ਜਿਹੜੀ ਹੈ ਫਤੇਗੜ ਦੀ ਸੜਕ ਰੰਬਾ ਸੇਠੀ ਮਾਰਕ ਹੋ ਗਿਆ ਨਿਊ ਫਤੇਗੜ ਦੀ ਸੜਕਾਂ ਹੋ ਗਈਆਂ ਇਹ ਪਿਛਲੇ ਸਾਲ ਜੂਨ ਮੇ 2019 ਚ ਇਹ ਪਾਸ ਹੋਈਆਂ ਹੋਈਆਂ ਨੇ ਇਹਨਾਂ ਨੂੰ ਟੈਂਡਰ ਵੀ ਇਹਨਾਂ ਦੇ ਪਾਸ ਹੋਏ ਹੋਏ ਹਨ ਇਹਨਾਂ ਦਾ ਸੜਕਾਂ ਦੇ ਲੇਕਿਨ ਕਿਉਂ ਨਹੀਂ ਬਣਾ ਰਹੇ ਤੇ ਨਗਰ ਨਿਗਮ ਪ੍ਰਸ਼ਾਸਨ ਹੀ ਦੱਸ ਸਕਦਾ ਹੈ ਪਿਛਲੇ ਸਾਲ ਮੈਂ 13 ਨਵੰਬਰ ਨੂੰ 2019 ਵਿਚ ਅਸੀਂ ਧਰਨਾ ਪ੍ਰਦਰਸ਼ਨ ਕੀਤਾ 2 ਦਿਨ ਕੀਤਾ ਸਾਨੂੰ ਕਾਰਪੋਰੇਸ਼ਨ ਦੀ ਟੀਮ ਵੱਲੋਂ ਆ ਕੇ ਇਹ ਗੱਲ ਕਹੀ ਗਈ ਕਿ ਮੈਡਮ ਮੌਸਮ ਬਦਲ ਗਿਆ ਹੈ ਠੰਡਾ ਠੰਡ ਹੋ ਗਈ ਹੈ ਤੇ ਠੰਡ ਵਿੱਚ ਲੁਕਨੀ ਪੈਂਦੀ ਜਿੱਦਾਂ ਹੀ ਸਟਾਰਟ ਹੋਣਗੇ ਕੰਮ ਪ੍ਰਾਇਓਰਟੀ ਬੇਸਿਸ ਤੇ ਤੁਹਾਡੀ ਸੜਕਾਂ ਦੇ ਕੰਮ ਹੋਣਗੇ ਉਸ ਤੋਂ ਬਾਅਦ ਵਿੱਚ ਲੋਕਡਾਊਨ ਹੋ ਗਿਆ ਸਾਇਰਨ ਬਤਾ ਕਿ ਉਸ ਦੌਰਾਨ ਕੰਮ ਨਹੀਂ ਹੋਣੇ ਸੀਗੇ ਤੇ 10 ਮਈ ਤੋਂ ਦੁਬਾਰਾ ਸ਼ਹਿਰ ਦੀਆਂ ਸੜਕਾਂ ਦੇ ਕੰਮ ਸ਼ੁਰੂ ਹੋਏ ਤੇ ਮੈਂ ਵਾਪਸ 15 ਮਈ ਤੋਂ ਕਮਿਸ਼ਨਰ ਸਰ ਐਕਸੀਅਨ ਸਰ ਔਰ ਐਸਸੀ ਸਰ ਔਰ ਸਾਡੇ ਜੇ ਆਈ ਸਾਹਿਬ ਇਹਨਾਂ ਨਾਲ ਕੰਟੀਨਿਊਸਲੀ ਮੈਂ ਫੋਨ ਕਰਦੀ ਹਾਂ ਮੈਂ ਅਖਬਾਰ ਦੇ ਮਾਧਿਅਮ ਤੋਂ ਦੋ ਵਾਰ ਨਿਊਜ਼ ਵੀ ਦਿੱਤੀ ਹੈ ਕਿ ਸੜਕ ਦੀ ਹਾਲਤ ਬਹੁਤ ਮਾੜੀ ਔਰ ਜਰਜਰ ਤੁਸੀਂ ਦੇਖ ਹੀ ਲਈ ਆ ਕਿ ਕੀ ਹਾਲਾਤ ਹੈ ਔਰ ਇੱਥੇ ਆਏ ਦਿਨ ਐਕਸੀਡੈਂਟ ਹੁੰਦੇ ਹਨ ਸਰ ਇਹਨਾਂ ਨੂੰ ਬਣਾ ਦਿੱਤਾ ਜਾਵੇ ਮੈਂ ਪਰਸਨਲ ਤੌਰ ਤੇ ਕਾਰਪੋਰੇਸ਼ਨ ਵੀ ਦੋ ਤਿੰਨ ਵਾਰ ਗਈ ਹਾਂ ਮੈਂ ਫੋਨ ਤੇ ਮੇਰੇ ਖਿਆਲ ਚ ਇੱਕ ਦਿਨ ਛੱਡ ਕੇ ਐਸਸੀ ਸਰ ਨੂੰ ਫੋਨ ਕਰਾਂਗੀ ਉਹਨਾਂ ਨੂੰ ਵੀ ਪਤਾ ਕਿ ਮੈਡਮ ਨੇ ਇੱਕੋ ਮੁੱਦਾ ਰੱਖਣਾ ਹੁੰਦਾ ਕਿ ਸਾਡੀ ਸੜਕ ਦਾ ਕਦੋਂ ਤਿਆਰ ਹੋਏਗੀ ਉਹਨਾਂ ਵੱਲੋਂ ਮੈਨੂੰ ਡੇਢ ਮਹੀਨੇ ਤੋਂ ਇੱਕੋ ਆਸ਼ਵਾਸਨ ਦਿੱਤਾ ਜਾ ਰਿਹਾ ਹੈ ਮੈਡਮ ਨੈਕਸਟ ਵੀਕ ਤੁਹਾਡੀ ਸੜਕ ਦੀ ਬਾਰੇ ਮੈਡਮ ਨੈਕਸਟ ਵੀਕ ਤੁਹਾਡੀ ਸੜਕ ਦੀ ਬਾਰੇ ਮੈਂ ਉਹਨਾਂ ਨੂੰ ਇਹ ਵੀ ਗੱਲ ਕਹੀ ਸੀ ਮੈਂ ਕਿਹਾ ਸਰ ਜੇ ਬਰਸਾਤ ਹੁੰਦੀ ਹੈ ਤੇ ਉਸ ਤੋਂ ਬਾਅਦ ਵਿੱਚ ਤੁਸੀਂ ਬਰਸਾਤ ਵੀ ਆ ਜਾਣੀ ਹੈ ਤੁਸੀਂ ਸੜਕ ਪਹਿਲਾਂ ਕਿਉਂ ਨਹੀਂ ਬਣਾ ਰਹੇ ਮੈਡਮ ਹੋ ਜਾਣੇ ਕੰਮ 20 ਜੂਨ ਤੱਕ ਅਸੀਂ ਦਿੱਤੀ ਹੋਈ ਹੈ ਤਾਰੀਖ ਕੰਮ ਹੋ ਜਾਣੇ ਮੇਰੇ ਖਿਆਲ ਚਾਹਜ 6 ਜੁਲਾਈ ਹੈ ਔਰ 20 ਤਾਰੀਖ ਨੂੰ ਨਿਕਲੇ ਹੋਏ 15 16 ਦਿਨ ਹੋ ਗਏ ਤੇ ਹਲੇ ਤੱਕ ਸਾਡੇ ਸ਼ਹਿਰ ਦੀਆਂ ਸੜਕਾਂ ਨਹੀਂ ਪੂਰੀਆਂ ਹੋਈਆਂ ਹਨ ਤੇ ਮੇਰੇ ਵਾਰਡ ਦੀਆਂ ਸਾਰੀਆਂ ਦੀਆਂ ਸੜਕਾਂ ਜਿਹੜੇ ਜਿਹੜੇ ਪਾਸ ਕਰਾਇਆ ਕ ਅੱਗੇ ਤੋਂ ਅੱਗੇ ਹੋਰ ਜ਼ਿਆਦਾ ਉਹਨਾਂ ਦੀ ਮਾੜੀ ਹਾਲਤ ਹੋਈ ਜਾ ਰਹੀ ਹੁਣ ਅੱਗੇ ਬਰਸਾਤ ਖੜੀ ਹੈ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਜੇ ਅੱਜ ਮੈਂ ਚੋਟੀ ਲਈ ਹੋਈਆਂ ਮੈਨੂੰ ਪਤਾ ਕਿ ਵੀ ਕਿੰਨੀ ਬੁਰੀ ਤਰ੍ਹਾਂ ਮੇਰੇ ਚੋਟ ਆਈ ਉਸ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਜਿਨੇ ਮੈਨੂੰ ਥੋੜੀ ਵਿੱਚ ਹੀ ਰੱਖ ਦਿੱਤਾ ਛੱਟ ਵਿੱਚ ਔਰ ਮੈਂ ਸਭ ਤੋਂ ਜ਼ਿਆਦਾ ਧੰਨਵਾਦ ਕਰਨਾ ਚਾਹਨੀ ਹਾਂ ਸਾਡੇ ਸ਼ਹਿਰ ਦੇ ਏਡੀਸੀ ਸਰ ਹਰਬੀਰ ਸਰ ਉਹ ਬਾਈ ਚਾਂਸੀ ਦੇ ਰੀਹੈਬ ਸੈਂਟਰ ਤੋਂ ਆ ਰਹੇ ਸੀਗੇ ਉਹਨਾਂ ਨੇ ਮੈਨੂੰ ਆਪਣੇ ਕਾਰ ਵਿੱਚ ਲੈ ਕੇ ਗਿਆ ਔਰ ਨੀਜੀ ਹਸਪੀਟਲ ਹਸਪੀਟਲ 'ਚ ਮੈਨੂੰ ਉਹਨਾਂ ਨੇ ਉੱਥੇ ਡ੍ਰੌਪ ਕੀਤਾ ਈਵਨ ਅੰਦਰ ਵੀ ਮੈਨੂੰ ਲੈ ਕੇ ਗਏ ਲੇਕਿਨ ਹਰ ਜਗ੍ਹਾ ਹਰਬੀਰ ਸਰ ਵਰਗੇ ਇਨਸਾਨ ਨਹੀਂ ਪੁੰਚ ਸਕਦੇ ਕਈ ਜਗ੍ਹਾ ਤੇ ਉਹਨਾਂ ਨੂੰ ਚੁੱਕਣ ਵਾਲਾ ਕੋਈ ਨਹੀਂ ਹੁੰਦਾ ਪਿੱਛੇ ਇੱਕ ਖਬਰ ਲਗਾਈ ਸੀ ਕਿ ਲਾਜਵੰਤੀ ਕੰਪਲੈਕਸ ਦੇ ਬਾਹਰ ਜਿਹੜੀ ਸੜਕ ਜਾ ਰਹੀ ਹੈ ਉੱਥੇ ਇੱਕ ਲੇਡੀ ਔਰ ਉਹਦੀ ਪਾਂਜੀ ਜਾ ਰਹੇ ਸੀਗੇ ਔਰ ਲੇਡੀ ਵਿਚਾਰੀ ਸੜਕ ਦੇ ਬਜਰੀ ਤੇ ਸਲਿੱਪ ਕੀਤੀ ਸੀ ਮੈਨੂੰ ਲੱਗਾ ਸੀ ਉਸ ਟਾਈਮ ਮੈਨੂੰ ਇੰਨਾ ਕ ਡਰ ਲੱਗਾ ਨਾ ਜਦੋਂ ਮੈਂ ਖੁਦ ਸਲਿੱਪ ਕੀਤੀ ਮੈਨੂੰ ਉਹਨਾਂ ਦਾ ਮਾਈਂਡ ਚ ਆ ਗਿਆ ਕਿ ਉਸ ਦੇ ਉੱਤੇ ਟਰੱਕ ਨਿਕਲ ਗਿਆ ਔਰ ਉਹਦੀ ਡੈਥ ਹੋ ਗਈ ਕੀ ਕਸੂਰ ਸੀ ਉਸ ਔਰਤ ਦਾ ਔਰ ਕੀ ਕਸੂਰ ਹੈ ਮੇਰਾ ਔਰ ਕੀ ਕਸੂਰ ਹੈ ਉਸ ਹਰ ਬੰਦੇ ਦਾ ਜਿਹੜਾ ਇਸ ਸੜਕ ਤੋਂ ਆਏ ਦਿਨ ਡਿਗਦਾ ਮੈਂ ਕਹਿੰਨੀ ਹੈ ਕਈ ਲੋਕੇ ਮੈਨੂੰ ਦੱਸਦੇ ਨਹੀਂ ਹੈ ਕਈ ਲੋਕੇ ਮੈਨੂੰ ਆ ਕੇ ਦੱਸ ਜਾਂਦੇ ਮੈਡਮ ਸੜਕ ਬਣਾ ਦਿਓ ਅੱਜ ਮੇਰਾ ਐਕਸੀਡੈਂਟ ਹੋ ਗਿਆ ਮੈਡਮ ਸੜਕ ਕਦੋਂ ਬਣਾਓਗੇ ਸਾਡੇ ਬਜ਼ੁਰਗ ਡੇਗੇ ਮੈਡਮ ਸਾਡੇ ਬੱਚੇ ਡੇਗੇ ਇੱਕ ਲੇਡੀ ਨੇ ਕੱਲ ਫੇਸਬੁਕ ਤੇ ਦੇਖ ਕੇ ਮੈਨੂੰ ਕਮੈਂਟ ਕੀਤਾ ਮੈਡਮ ਮੇਰਾ ਬੇਟਾ ਇੱਕ ਮਹੀਨਾ ਪਹਿਲਾਂ ਜਿੱਦਾਂ ਤੁਸੀਂ ਸਲਿੱਪ ਕੀਤੀ ਹੋ ਇਦਾਂ ਹੀ ਬਾਈਕ ਤੋਂ ਉਹ ਅ ਬਜਰੀ ਤੋਂ ਸਲਿੱਪ ਕਰ ਗਿਆ ਇਹਦਾ ਜਵਾਬ ਕੌਣ ਦੇਵੇਗਾ ਅਸੀਂ ਜਿਹੜਾ ਆਮਨੇ ਸਾਹਮਨੇ ਐਕਸੀਡੈਂਟ ਹੁੰਦਾ ਨਾ ਦੋ ਗੱਡੀਆਂ ਦਾ ਦੋ ਸਕੂਟਰਾਂ ਦਾ ਸੀ ਉਹਦੇ ਵਿੱਚ ਕਸੂਰ ਕੱਢ ਦਿੰਨੇ ਆ ਕਿ ਜੀ ਅਮਨੇ ਸਾਹਮਣੇ ਦਾ ਕਸੂਰ ਹੈ ਮੈਨੂੰ ਇਹ ਦੱਸੋ ਕਿ ਜਦੋਂ ਸੜਕ ਟੁੱਟ ਗਈ ਹੈ ਤੇ ਜੇ ਐਕਸੀਡੈਂਟ ਹੁੰਦਾ ਅਸੀਂ ਕਿਹਦਾ ਕਸੂਰ ਕੱਢਾਂਗੇ ਆਪਣਾ ਜਾਂ ਸੜਕ ਦਾ ਸੜਕ ਦਾ ਨਿਰਮਾਣ ਯੋਗ ਸਾਰਾ ਕੰਮ ਹੋ ਚੁੱਕਿਆ ਟੈਂਡਰ ਪਾਸ ਹੋ ਚੁੱਕਿਆ ਮੈਨੂੰ ਇਹ ਨਹੀਂ ਸਮਝ ਆ ਰਹੀ ਨਿਗਮ ਪ੍ਰਸ਼ਾਸਨ ਨੂੰ ਸੜਕ ਨੂੰ ਕਿਉਂ ਨਹੀਂ ਬਣਾ ਰਿਹਾ ਔਰ ਮੈਨੂੰ ਹਰ ਵਾਰੀ ਆਸ਼ਵਾਸਨ ਦਿੱਤਾ ਜਾਂਦਾ ਮੈਡਮ 2 ਦਿਨ ਬਾਅਦ ਮੈਂ ਆਪਣੇ ਵਾਰਡ ਤੋਂ ਲਵ ਤਰ੍ਹਾਂ ਤਰ੍ਹਾਂ ਦੇ ਲੋਕਾਂ ਤੋਂ ਫੋਨ ਵੀ ਕਰਵਾਏ ਗਿਆ ਕਿ ਉਹਨਾਂ ਨੂੰ ਤੁਸੀਂ ਵੀ ਪੁੱਛੋ ਉਹਨਾਂ ਨੂੰ ਵੀ ਇਹੀ ਜਵਾਬ ਦਿੱਤਾ ਗਿਆ ਬਈ ਥੋੜੇ ਦਿਨ ਤੱਕ ਤੁਹਾਨੂੰ ਸੜਕ ਅਸੀਂ ਬਣਾ ਦੇਾਂਗੇ ਪਰ ਪਰਮਾਤਮਾ ਜਾਣੇ ਉਹਦਾ ਜਵਾਬ ਉਹ ਹੀ ਦੇ ਸਕਦੇ ਐ ਕਿਉਂ ਕਿਉਂ ਨਹੀਂ ਬਣਾ ਰਹੇ ਕਿ ਮੈਂ ਤੁਸੀਂ ਵੀ ਆਪਣੇ ਨਿੱਜੀ ਤੌਰ ਤੇ ਕੋਈ ਇਹਦਾ ਕੋਈ ਕਾਰਨ ਸਮਝਦੇ ਹੋਵੋਗੇ ਕੋਈ ਵੱਡਾ ਕਾਰਨ ਹੈ ਕਿ ਕਿਉਂ ਇਸ ਕੰਮ ਦੇ ਵਿੱਚ ਰੁਕਾਵਟ ਆ ਰਹੀ ਹੈ ਨਿੱਜੀ ਤੌਰ ਤੇ ਤੇ ਪ੍ਰਸ਼ਾਸਨ ਹੀ ਦੱਸ ਸਕਦਾ ਹੈ ਕਿ ਉਹ ਕਿਉਂ ਨਹੀਂ ਬਣਾ ਰਿਹਾ ਉਹਨਾਂ ਕੋਲ ਜਾਓ ਤੇ ਉਹ ਕਹਿ ਦਿੰਗੇ ਜੀ ਤੁਸੀਂ ਐਕਸੀਐਨ ਨਾਲ ਗੱਲ ਕਰੋ ਐਕਸੀਐਨ ਸਰ ਕਹਿੰਦੇ ਮੈਡਮ ਐਸਸੀ ਸਰ ਨਾਲ ਗੱਲ ਕਰੋ ਐਸਸੀ ਸਰ ਕਹਿੰਦੇ ਕਿ ਕਮਿਸ਼ਨਰ ਸਰ ਨਾਲ ਗੱਲ ਕਰੋ ਤੇ ਮੈਂ ਤਾਂ ਉਹਨਾਂ ਨੇ ਵੀ ਗੱਲ ਕੀਤੀ ਮੈਨੂੰ ਇੱਕ ਵਾਰੀ ਤੁਸੀਂ ਤਿੰਨੋਂ ਬੈਠ ਕੇ ਦੱਸ ਦਿਓ ਸਰ ਮੈਂ ਗੱਲ ਕਿਤੇ ਨਾਲ ਕਰਨੀ ਆ ਸੜਕ ਵਾਸਤੇ ਉਹਨਾਂ ਨੂੰ ਮੈਂ ਫੋਨ ਤੇ ਬਕਾਇਦਾ ਕਿੰਨੀ ਵਾਰ ਦੱਸ ਚੁੱਕੀ ਹਾਂ ਹੁਣ ਇਸ ਦਾ ਜਵਾਬ ਤੇ ਵੈਸੇ ਉਹ ਦੱਸ ਸਕਦੇ ਕਿ ਉਹ ਕਿਉਂ ਨਹੀਂ ਕੰਮ ਕਰ ਰਹੇ ਅਸੀਂ ਪਾਰਟੀ ਬਾਜ਼ੀ ਨੂੰ ਹਿਤ ਵਿੱਚ ਨਾ ਰੱਖਦੇ ਹੋਏ ਲੋਕਾਂ ਦੀ ਭਲਾਈ ਵਾਸਤੇ ਇਹ ਕੰਮ ਜਦੋਂ ਸੜਕ ਪਾਸ ਕਰਾਈ ਜਾਂਦੀ ਹੈ ਉਦੋਂ ਇਹ ਨਹੀਂ ਹੁੰਦਾ ਕਿ ਮੈਂ ਸੜਕ ਭਾਜਪੀ ਦੀ ਪਾਸ ਕਰਾਈ ਜਾਂ ਕਾਂਗਰਸ ਦੀ ਪਾਸ ਕਰਾਈ ਸੜਕ ਮੁਹੱਲੇ ਦੀ ਹੈ ਸੜਕ ਵਾਰਡ ਦੀ ਹੈ ਔਰ ਇਸ ਵਾਰਡ ਤੋਂ ਇਸ ਸੜਕ ਤੋਂ ਰੋਜ਼ਾਨਾ ਹਜ਼ਾਰਾਂ ਲੋਕ ਨਿਕਲਦੇ ਆ ਗੱਡੀਆਂ ਪਾਰੀਆਂ ਟਿਪਰ ਵੀ ਅੱਗੇ ਤੱਕ ਜਾਂਦੇ ਬਸੰਤ ਨਗਰ ਤੱਕ ਪਰ ਉਹਦਾ ਕੀ ਹਾਲਾਤ ਹੈ ਔਰ ਵਿਚਾਰੇ ਕਿੰਨੀ ਵਾਰ ਬੋਲਦੇ ਜਾਂਦੇ ਮੈਨੂੰ ਕਈ ਵਾਰ ਰਸਤੇ 'ਚ ਮਿਲ ਜਾਂਦੇ ਆ ਮੈਡਮ ਇਸ ਸੜਕ ਦਾ ਕੁਝ ਕਰਾ ਦਿਓ ਕੁਝ ਕਰਾ ਦਿਓ ਮੈਨੂੰ ਮੇਰੇ ਕੋਲ ਖੁਦ ਉਹਨਾਂ ਵਾਸਤੇ ਜਵਾਬ ਉਸ ਟਾਈਮ ਨਹੀਂ ਹੁੰਦਾ ਕਿਉਂਕਿ ਉਹਨਾਂ ਨੂੰ ਬਾਰ ਬਾਰ ਕਹਿਣਾ ਕਿ ਵੀ ਮੈਂ ਤਾਂ ਰੋਜ਼ ਗੱਲ ਕਰ ਰਹੀ ਹਾਂ ਤੇ ਖੁਦ ਨੂੰ ਵੀ ਅੱਛਾ ਨਹੀਂ ਲੱਗਦਾ ਤੇ ਮੇਰੀ ਹੱਥ ਜੋੜ ਕੇ ਸਾਰੇ ਵਾਰਡ ਵਾਸੀਆਂ ਅੱਗੇ ਬੇਨਤੀ ਹੈ ਕਿ ਭਈ ਆਪਣਾ ਇhtiyat ਨਾਲ ਅਸੀਂ ਨਿਕਲੀਏ ਹੌਲੀ-ਹੌਲੀ ਨਿਕਲੀਏ ਕਿ ਨਾ ਐਕਸੀਡੈਂਟ ਹੋਣ ਸਾਡੇ ਔਰ ਬਚਾਵ ਵਿੱਚ ਰੱਖੀਏ ਤੇ ਬਾਕੀ ਮੈਂ ਨਿਗਮ ਪ੍ਰਸ਼ਾਸਨ ਨੂੰ ਫੇਰ ਇੱਕ ਵਾਰੀ ਇਹੀ ਕਹਿਣਾ ਚਾਹਨੀ ਆ ਕਿ ਮੇਰੇ ਵਾਰਡ ਦੀਆਂ ਫਤਿਹਗੜ੍ਹ ਵਾਰਡ ਨੰਬਰ 13 ਦੀਆਂ ਸੜਕਾਂ ਨੂੰ ਪੈਲ ਦੇ ਆਧਾਰ ਤੇ ਕੰਮ ਕਰਾਇਆ ਜਾਏ ਮੈਂ ਇੱਕ ਗੱਲ ਹੋਰ ਦੱਸਣਾ ਚਾਹਨੀ ਆ ਕਿ ਜਿਹੜੇ ਇਹ ਕੰਮ ਪਾਸ ਕਰਵਾਏ ਹੋਏ ਨੇ ਤੇ ਇਹ ਇਹਦਾ ਜਿਹੜਾ ਹੈਗੇ ਫੰਡਸ ਹੈ ਕੋਈ ਸਾਨੂੰ ਪੰਜਾਬ ਸਰਕਾਰ ਵੱਲੋਂ ਕਾਰਪੋਰੇਸ਼ਨ ਨੂੰ ਨਹੀਂ ਆਏ ਹੋਏ ਸੀਗੇ ਇਹ ਮਿਨਿਸਪਲ ਕਾਰਪੋਰੇਸ਼ਨ ਦੇ ਆਪਣੇ ਫੰਡਸ ਨੇ ਜਿਹੜੇ ਸਾਡੀ ਜਨਤਾ ਦੇ ਪ੍ਰੋਪਰਟੀ ਟੈਕਸ ਹੋ ਗਏ ਵਾਟਰ ਟੈਕਸ ਹੋ ਗਏ ਜਾਂ ਜਿਹੜੇ ਵੀ ਟੈਕਸ ਪੇ ਕਰਦੇ ਨੇ ਉਹ ਟੈਕਸਿਸ ਨੇ ਤੇ ਉਹ ਫੰਡਸ ਨਾਲ ਸਾਡੇ ਵਾਰਡ ਦੇ ਕੰਮ ਹੋਣੇ ਸੀਗੇ ਉੱਥੋਂ ਪਾਸ ਹੋਇਆ ਪਰ ਫਿਰ ਵੀ ਮੈਨੂੰ ਸਮਝ ਨਹੀਂ ਆ ਰਿਹਾ ਕਿ ਇਹ ਕਾਰਪੋਰੇਸ਼ਨ ਕੰਮ ਕਿਉਂ ਨਹੀਂ ਕਰ ਰਹੇ ਤੇ ਮੈਮ ਅਸੀਂ ਤੁਹਾਨੂੰ ਆਪਣੇ ਦਾ ਸਟੈਲਰ ਨਿਊਜ਼ ਚੈਨਲ ਵੱਲੋਂ ਸਾਰਿਆਂ ਵੱਲੋਂ ਸ਼ੁਭਕਾਮਨਾਵਾਂ ਦਿੰਦੇ ਆ ਕਿ ਤੁਸੀਂ ਜਲਦੀ ਜਲਦੀ ਠੀਕ ਹੋਵੋ ਤੇ ਜਿਹੜਾ ਇਹ ਸੰਘਰਸ਼ ਹੈ ਤੁਹਾਡਾ ਮਿਸ਼ਨ ਹੈ ਕਿ ਇਸ ਸੜਕ ਦਾ ਨਿਰਮਾਣ ਕਰਵਾਉਣਾ ਹੈ ਲੋਕਾਂ ਨੂੰ ਬਿਹਤਰ ਸਹੂਲਤ ਦੇਣੀ ਹੈ ਉਹ ਜਲਦੀ ਉਹ ਕਾਮਯਾਬ ਹੋਵੇ ਤੇ ਸਾਡੇ ਪੂਰੀ ਟੀਮ ਵੱਲੋਂ ਤੁਹਾਨੂੰ ਸ਼ੁਭਕਾਮਨਾਵਾਂ। ਥੈਂਕ ਯੂ। ਦਾ ਸਟੈਲਰ ਨਿਊਜ਼ ਲਈ ਮੁਕਤਵਾਲੀਆ ਦੇ ਨਾਲ ਕੈਮਰਾਮੈਨ ਜਤਿੰਦਰ ਪ੍ਰਿੰਸ ਦੀ ਰਿਪੋਰਟ।